ਇਹ ਜਨਾਬ ਪ੍ਰੋਗਰਾਮ ਯੂਨਾਨ ਦੇ ਵਿੱਚ ਹੋ ਰਿਹਾ ਹੈ। ਭਾਈ ਨਸਾਰ ਸਾਹਿਬ ਆ ਫੱਤਾ ਪੰਡ ਉਹਨਾਂ ਦੇ ਡੇਰੇ 'ਤੇ, ਔਰ ਜਨਾਬ ਸਾਡੇ ਬਹੁਤ ਹੀ ਪਿਆਰੇ ਜੇ ਵੀਰ ਭਾਈ ਜ਼ਮਾਨ ਸਾਹਿਬ ਆ ਫੱਤਾ ਪੰਡ, ਔਰ ਜਨਾਬ ਭਾਈ ਅਬਦੁਲ ਰਹਿਮਾਨ ਸਾਹਿਬ ਇਹ ਵੀ ਤਸ਼ਰੀਫ ਫਰਮਾ ਨੇ ਪ੍ਰੋਗਰਾਮ ਦੇ ਵਿੱਚ, ਅਤੇ ਜਨਾਬ ਲਾਲਾ ਜੀ ਹਾਨ ਮਹੰਮਦ ਆ ਫੱਤਾ ਪੰਡ, ਤੇ ਬੜੇ ਇਸ਼ਕ ਦੇ ਲੋਕ ਨੇ ਔਰ ਬੜੇ ਦਰਦ ਦੇ ਲੋਕ ਨੇ, ਬੜੇ ਪਿਆਰ ਵਾਲੇ ਜੀ। ਅਤੇ ਭਾਈ ਹਾਨ ਸਾਹਿਬ ਰੰਨਾ ਮੀਆਂ ਸਾਹਿਬ ਦੇ ਸ਼ੇਰ ਦੀ ਫਰਮਾਇਸ਼ ਕੀਤੀ ਹੈ, ਅਤੇ ਸਰਕਾਰ ਆਪੇ ਖੜੀ ਲਿਖਿਆ ਜਿਸ ਕਾਰ ਆਵਣਾ ਆ ਸਰਕਾਰ ਫਰਮਾਇਆ ਆ ਸਜਣਾ ਹੋਏ ਉਹਨੇ ਕੱਢਿਆ ਬਵੀਏ ਆ ਲਾਲਾ ਹਾਨ ਫਤਿਆ ਹੇ ਉਹਨੇ ਕੱਢਿਆ ਬਵੀਏ ਬਟ ਜੀ ਦਿਲ ਵਿੱਚ ਰਵੇ ਵਿਛੜੇ ਨਾ ਮਾਰੇ ਜਾਈਏ ਤੇ ਕਾਲੀਏ ਕੋਲੇ ਬੋਲ ਸਵੇਰੇ ਤੇਰੇ ਨਾਮਸ ਮੇਰੇ ਯਾਸਰ ਫਤਿਆ ਲਿਖਿਆ ਪੈ ਗਿਆ ਹੋ ਚੋਲੀ ਤੇ ਲੈ ਓ ਸਜਣਾ। ਇਹ ਜਨਾਬ ਭਾਈ ਹਾਨ ਮਹੰਮਦ ਸਾਹਿਬ ਰੰਨਾ ਨੇ ਫਰਮਾਇਸ਼ ਕੀਤੀ ਇੱਕ ਸੁਹਨ ਦੀ ਭਾਈ ਯਾਸਰ ਦੀ ਯਾਦ ਦੇ ਵਿੱਚ, ਸਰਕਾਰ ਆਰਫ ਖੜੀ ਫਰਮਾਉਂਦੇ ਨੇ ਲੈ ਓ ਸਜਣਾ ਹੋਏ ਹੁਣ ਵਾਲੇ ਰੱਬ ਦੇ ਤੇ ਯਾਸਰ ਲੰਮੀਆਂ ਪਈਆਂ ਨੀ ਜਿਦਾਈਆਂ ਨਾਮ ਵਸ ਤੇਰੇ ਨਾਮ ਵਸ ਮੇਰੇ ਉਜੜੀ ਬਸਤੀ ਨਜ਼ਰੀ ਆਈ ਕੰਡ ਦਿੱਤੀ ਜਦ ਪਾਈਆਂ। ਭਾਈ ਨਸਾਰ ਸਾਹਿਬ ਕਾਬਲੇ ਗੌਰ ਸੋਹਣ ਨੇ, ਸਰਕਾਰ ਫਰਮਾਉਂਦੇ ਨੇ ਕੱਲਾ ਹੱਥ ਹੋ ਕਦੇ ਨਹੀਂ ਦੁਬਦਾ ਇੱਕ ਦੂਜੇ ਨੂੰ
ਸ਼ਾ ਕੌਣ ਕਿਸੇ ਨੂੰ ਰੋਂਦਾ ਤੇ ਸਹਿ ਸਹਿ ਜੋੜ ਸੰਗਤ ਦੇ ਡਿੱਠੇ ਤੇ ਆਖਰ ਵਿਥਾਂ ਪਈਆਂ ਜਿੰਨਾ ਬਾਜ ਇੱਕ ਪਾਲਣਾ ਗੁਜ਼ਰੇ ਅੱਜ ਸ਼ਕਲਾਂ ਯਾਦ ਨਾ ਰਹੀਆਂ ਆਸ਼ਕ ਰੱਬ ਦੇ ਜਾਵਾਂ ਆਠਵੇਂ ਖੜੀ ਦੀ ਸ਼ਾਨ ਤੂੰ ਸਰਕਾਰ ਫਰਮਾਉਂਦੇ ਨੇ ਆਸ਼ਕ ਰੱਬ ਦੇ ਨੇ ਜ਼ਿੰਦਾ ਇਸ ਦੁਨੀਆ ਉੱਤੇ ਵਸਦੇ ਆਮਾਂ ਲੋਕਾਂ ਨੂੰ ਉਹ ਖਬਰ ਨੀ ਕੋਈ ਹਾਸਾ ਭੇਤ ਵੀ